ਤੜਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਨੂੰ ਇਹ ਤੱਕ ਸਬਸਕ੍ਰਾਈਬ ਕਰਨੇ ਕੀਤੇ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਸਭ ਤੋਂ ਪਹਿਲਾਂ ਜਿਹੜੇ ਕਰੰਸੀ ਰੇਟ ਚੈੱਕ ਕਰਾਂਗੇ ਤਿੰਨ ਦੇਸ਼ਾਂ ਦੇ। ਇੱਕ ਯੂਰੋ ਦਾ ਰੇਟ ਅੱਜ ਦਾ ਇੰਡੀਅਨ ਰੁਪਏ ਦੇ ਵਿੱਚ 88 ਰੁਪਏ 87 ਪੈਸੇ ਚੱਲ ਰਿਹਾ ਹੈ। ਗੱਲ ਕਰੀਏ ਇੰਗਲੈਂਡ ਦੇ ਇੱਕ ਪੌਂਡ ਦੀ ਤੇ ਪੌਂਡ ਦਾ ਰੇਟ ਵੱਧ ਚੁੱਕਾ ਹੈ। 100 ਰੁਪਏ ਤੇ 82 ਪੈਸੇ ਉੱਤੇ ਜਿਹੜਾ ਅੱਜ ਦਾ ਇੱਕ ਪੌਂਡ ਚੱਲ ਰਿਹਾ ਹੈ। ਅਮਰੀਕਾ ਦੇ 1 ਡਾਲਰ ਜਿਹੜਾ 82 ਰੁਪਏ 94 ਪੈਸੇ ਉੱਤੇ ਚੱ 80 ਰੁਪਏ 10 ਪੈਸੇ ਚੱਲ ਰਿਹਾ ਹੈ ਬਹੁਤੇ ਵੀਰ ਸਾਡੇ ਕਹਿੰਦੇ ਨੇ ਕਿ ਆਸਟ੍ਰੇਲੀਆ ਦਾ ਵੀ ਡਾਲਰ ਦਾ ਰੇਟ ਦੱਸਿਆ ਕਰੋ ਤੇ 52 ਰੁਪਏ 79 ਪੈਸੇ ਆਸਟ੍ਰੇਲੀਆ ਦੇ 1 ਡਾਲਰ ਬਿਟਕੋਇਨ ਦਾ ਅੱਜ ਦਾ ਰੇਟ 21999 ਡਾਲਰ ਚੱਲ ਰਿਹਾ ਹੈ ਅਥੀਰੀਅਮ ਦਾ ਰੇਟ 1538 ਡਾਲਰ ਚੱਲ ਰਿਹਾ ਹੈ ਬਾਕੀ ਅੱਜ ਜਿਹੜੀ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਖਬਰ ਰੱਖੀ ਹੈ ਜੀ ਆਪਾਂ ਨਾਰਵੇ ਦੇ ਨਾਲ ਸੰਬੰਧਿਤ ਈ ਖਬਰ ਰੱਖੀ ਹੈ ਨਾਰਵੇ ਦਾ ਇੱਕ ਬਿਆਨ ਆਇਆ ਹੈ ਇਹ ਖਬਰ ਇਸ ਕਰਕੇ ਪਹਿਲੇ ਨੰਬਰ ਤੇ ਰੱਖੀ ਕਿਉਂਕਿ ਸਾਰੀ ਦੁਨੀਆ ਦੇ ਨਾਲ ਸੰਬੰਧਿਤ ਹੈ ਨਾਰਵੇ ਨੇ ਕਿਹਾ ਇੱਕ ਜਿਹੜਾ ਬਾਲਟਿਕ ਸਾਗਰ ਹੈ ਉਹਦੇ ਵਿੱਚ ਇਸ ਟਾਈਮ ਰੂਸ ਨੇ ਜਿਹੜਾ ਇੱਕ ਨਿਊਕਲੀਅਰ ਵੈਪਨ ਵਾਲਾ ਜਿਹੜਾ ਇੱਕ ਸ਼ਿਪ ਹੈ ਜੀ ਇਸ ਨੂੰ ਤਣਾਤ ਕਰ ਦਿੱਤਾ ਹੈ ਨਾਲ ਹੀ ਨਾਰਵੇ ਨੇ ਇਹ ਵੀ ਕਿਹਾ ਕਿ ਪਿਛਲੇ 30 ਸਾਲਾਂ ਦੇ ਵਿੱਚ ਕਦੀ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਕਿ ਰੂਸ ਨੇ ਜਿਹੜਾ ਹੈ ਪਰਮਾਣੂ ਥਿਆਰਿਆਂ ਦੇ ਨਾਲ ਜਿਹੜਾ ਲੈਸ ਇੱਕ ਸ਼ਿਪ ਜਿਹੜਾ ਬਾਲਟਿਕ ਸਾਗਰ ਦੇ ਵਿੱਚ ਤਣਾਤ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਇਹ ਵੱਡਾ ਖਤਰਾ ਹੋ ਸਕਦਾ ਹੈ ਬਾਕੀ ਹੁਣ ਗੱਲ ਕਰ ਲਈ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਕਿ ਕਾਰਾਂ ਵਗੈਰਾ ਖਰੀਦਣੀਆਂ ਚਾਹੁੰਦੇ ਹਨ ਤੇ ਉਹਨਾਂ ਦੇ ਵਾਸਤੇ ਜਿਹੜਾ ਇੱਕ ਨਵਾਂ ਫੈਸਲਾ ਜਿਹੜਾ ਆ ਰਿਹਾ ਹੈ ਜਿੱਦਾਂ ਕਿ ਇਸ ਟਾਈਮ ਫਿਲਹਾਲ ਜਿਹੜੀਆਂ ਡੀਜ਼ਲ ਵਾਲੀਆਂ ਕਾਰਾਂ ਵੀ ਤੁਸੀਂ ਖਰੀਦ ਸਕਦੇ ਹੋ ਪੈਟਰੋਲ ਦੇ ਨਾਲ ਚੱਲਣ ਵਾਲੀ ਕਾਰ ਵੀ ਖਰੀਦ ਸਕਦੇ ਹੋ ਗੈਸ ਵਾਲੀ ਵੀ ਖਰੀਦ ਸਕਦੇ ਹੋ ਤੇ ਇਲੈਕਟ੍ਰਿਕ ਕਾਰਾਂ ਜਿਹੜੀਆਂ ਤੁਸੀਂ ਖਰੀਦ ਸਕਦੇ ਹੋ ਪਰੰਤੂ ਜਿਹੜਾ ਲੋਕਾਂ ਦਾ ਚਕਾ ਹੈ ਜੀ ਇਸ ਟਾਈਮ ਜਿਹੜੀਆਂ ਇਲੈਕਟ੍ਰਿਕ ਕਾਰਾਂ ਹੈ ਜਿਉਂ ਉਹਨਾਂ ਦੇ ਵੱਲ ਜਾ ਚੁੱਕਾ ਹੈ ਇਹਦੀ ਜਿਹੜੀ ਖਰੀਦ ਦੇ ਵਿੱਚ ਬਹੁਤ ਜ਼ਿਆਦਾ ਬੂਮ ਆ ਚੁੱਕਾ ਹੈ ਪਹਿਲਾਂ ਸੋਚਿਆ ਜਾਂਦਾ ਸੀ ਕਿ ਜਿਹੜੀਆਂ ਇਲੈਕਟ੍ਰਿਕ ਕਾਰਾਂ ਹਨ ਇਹਨਾਂ ਦਾ ਕੋਈ ਵੀ ਪੋਲੂਸ਼ਨ ਨਹੀਂ ਹੈ ਡੀਜ਼ਲ ਵਾਲੀਆਂ ਕਾਰਾਂ ਬੈਂਜ਼ੀਨਾਂ ਜਿਹੜੀਆਂ ਕਾਰਾਂ ਇਹਨਾਂ ਦਾ ਜਿਹੜਾ ਜ਼ਿਆਦਾ এনवायरमेंट ਦੇ ਉੱਤੇ ਅਸਰ ਪੈਂਦਾ ਹੈ ਪਰੰਤੂ ਜਿਹੜੀਆਂ ਇਲੈਕਟ੍ਰਿਕ ਕਾਰਾਂ ਹਨ ਇਹਨਾਂ ਦਾ ਕੋਈ ਬਹੁਤਾ ਅਸਰ ਨਹੀਂ ਪੈਂਦਾ ਪਰੰਤੂ ਹੁਣ ਜਿਹੜੀ ਇਹ ਵੀ ਇੱਕ ਦੱਸਿਆ ਗਿਆ ਕਿ ਸਮੱਸਿਆ ਬਣ ਚੁੱਕੀ ਹੈ ਬਾਕੀ ਇਸ ਤੋਂ ਇਲਾਵਾ 2022 ਦੇ ਵਿੱਚ ਜਿਹੜੀਆਂ ਇਲੈਕਟ੍ਰਿਕ ਕਾਰਾਂ ਦੇ ਵਿੱਚ ਜਿਹੜਾ ਦੇਖਿਆ ਗਿਆ ਹੈ ਬੜੋਤਰੀ 10% ਦੀ ਜਿਹੜੀ ਇਸ ਦੇ ਵਿੱਚ ਬੜੋਤਰੀ ਦੇਖੀ ਗਈ ਹੈ 7.8 ਮਿਲੀਅਨ ਮੁਲਕੀ 78 ਲੱਖ ਜਿਹੜੇ ਪੀਸ ਵੇਚੇ ਗਏ ਹਨ ਬਾਕੀ ਇਹ ਹੀ ਹਾਲ ਜਰਮਨ ਦਾ ਜਰਮਨ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਇਸ ਤੋਂ ਟੋਟਲ ਕਾਰਾਂ ਦੀ ਹੋ ਰਹੀ ਹੈ ਉਹਦੇ ਵਿੱਚ 25% ਜਿਹੜਾ ਇਸ ਦੀ ਤਕਰੀਬਨ ਜਿੰਨਾ ਕਿ ਪਹੁੰਚ ਚੁੱਕਾ ਹੈ ਟੋਟਲ ਕਾਰਾਂ ਦਾ 25% ਜਿਹੜਾ ਇਲੈਕਟ੍ਰਿਕ ਕਾਰਾਂ ਨੇ ਜਿਹੜੀ ਜਗ੍ਹਾ ਲੈ ਲਈ ਹੈ। ਬਾਕੀ ਗੱਲ ਕਰ ਲਈਏ ਪੈਟਰੋਲ ਤੇ ਡੀਜ਼ਲ ਕਾਰ ਦੀ 2035 ਤੋਂ ਬਾਅਦ ਜਿਹੜੀਆਂ ਇਹ ਕਾਰਾਂ ਹਨ ਇਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਬੰਦ ਹੋ ਜਾਵੇਗੀ ਨਵੀਆਂ ਕਾਰਾਂ ਦੀ। ਕੋਈ ਵੀ ਬੰਦਾ ਜਿਹੜੀ ਨਵੀਂ ਕਾਰ ਦੀ ਪੈਟਰੋਲ ਜਾਂ ਡੀਜ਼ਲ ਗੱਡੀ ਸੀ ਜਿਹੜੀ ਰਜਿਸਟ੍ਰੇਸ਼ਨ ਵੱਲ ਨਹੀਂ ਕਰਵਾ ਸਕਦਾ। ਬਾਕੀ ਬਹੁਤ ਤੇ ਵੀਰਾਂ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੋ ਸਕਦਾ ਹੈ ਕਿ ਜਿਹੜਾ ਪੈਟਰੋਲ ਡੀਜ਼ਲ ਵਾਲੀਆਂ ਗੱਡੀਆਂ ਦਾ ਹੁਣ ਕੀ ਹੋਵੇਗਾ ਕੀ ਬਣੇਗਾ। ਐਸੀ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਸਿਸਟਮ ਹੈ ਜੀ 2035 ਤੋਂ ਜਿਹੜੀ ਇਹਨਾਂ ਦੀ ਰਜਿਸਟ੍ਰੇਸ਼ਨ ਹੈ ਉਹ ਬੰਦ ਹੋਵੇਗੀ ਬਾਕੀ ਜਿਹਨਾਂ ਲੋਕਾਂ ਦੇ ਕੋਲ ਪੈਟਰੋਲ ਡੀਜ਼ਲ ਵਾਲੀਆਂ ਗੱਡੀਆਂ ਹਨ ਉਹ ਇਹਨਾਂ ਨੂੰ ਚਲਾ ਸਕਦੇ ਆ 2035 ਤੋਂ ਬਾਅਦ ਵੀ ਚਲਾ ਸਕਣਗੇ। ਬਾਕੀ ਗੱਲ ਕਰ ਲਈ ਇਜ਼ੀ ਦੀ। ਇਜ਼ੀ ਵਾਸਤੇ ਤੁਹਾਨੂੰ ਦੱਸ ਦਤੀਏ ਕਿ 28 ਜਿਹੜੀ ਫਰਵਰੀ ਆ ਰਹੀ ਹੈ 28 ਫਰਵਰੀ ਤੱਕ ਜਿਹੜਾ ਪੁਰਾਣਾ ਇਜ਼ੀ ਤੁਹਾਡਾ ਵੈਲਿਡ ਹੈ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਨਵਾਂ ਇਜ਼ੀ ਈਸ਼ੂ ਕਰਨਾ ਪਵੇਗਾ। ਹੁਣ ਇੱਥੇ ਇੱਕ ਸਵਾਲ ਹੋਰ ਪੁੱਛਿਆ ਗਿਆ ਸੀ ਇਜ਼ੀ ਦੇ ਵਿੱਚ। ਬਹੁਤੇ ਲੋਕ ਜਿਹੜੇ ਕਹਿ ਰਹੇ ਹਨ ਜਿਨ੍ਹਾਂ ਨੇ ਇਜ਼ੀ ਬਣਾਏ ਹਨ ਉਹ ਕਹਿੰਦੇ ਹਨ ਕਿ ਸਾਡਾ ਜਿਹੜਾ ਇਜ਼ੀ ਹੈ ਜੀ ਕੰਪਲੀਟ ਨਹੀਂ ਹੋ ਰਿਹਾ। ਉਦੇ ਵਿੱਚ ਲਿਖਿਆ ਆ ਰਿਹਾ ਹੈ ਕਿ ਇਹ ਕਿ ਬਹੁਤ ਸਾਰੇ ਕੰਮਾਂ ਦੇ ਵਿੱਚ ਇਹ ਜਿਹੜਾਈ ਇਸ ਦਾ ਉਪਯੋਗ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਤਾਂ ਇਸ ਦੇ ਵਾਸਤੇ ਤੁਹਾਨੂੰ ਅਸੀਂ ਦੱਸ ਦੀ ਹੈ ਤੁਹਾਡੇ ਜਿਹੜੀਆਂ ਪੁਰਾਣੀਆਂ ਵੀਡੀਓ ਪਹਿਲੀਆਂ ਤੁਹਾਨੂੰ ਉਹਨਾਂ ਦੇ ਵਿੱਚ ਵੀ ਅਸੀਂ ਦੱਸਿਆ ਹੋਇਆ ਹੈ ਕਿ ਜਦੋਂ ਵੀ ਤੁਸੀਂ ਇਹਦੇ ਬਣਾਉਣਾ ਹੈ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਕੰਪਲੀਟ ਡਾਕੂਮੈਂਟ ਹਨ ਉਹ ਚਾਹੀਦੇ ਹਨ ਕਿਉਂਕਿ ਪਿਛਲੇ 2 ਸਾਲ ਜਿਹੜੇ ਬੀਤੇ ਹਨ ਉਹਦੇ ਵਿੱਚ ਕੀ ਹੋਇਆ ਸੀ ਕਿ ਕਰੋਨਾ ਦੀ ਵਜ੍ਹਾ ਦੇ ਨਾਲ ਜਿਹੜਾ ਸਰਕਾਰ ਨੇ ਬਹੁਤ ਜਿਹੜੀਆਂ ਸਖਤੀਆਂ ਜਾਂ ਨਿਯਮ ਲਾਗੂ ਨਹੀਂ ਕੀਤੇ ਤੇ ਪੁਰਾਣੇ ਸਿਸਟਮ ਦੇ ਹਿਸਾਬ ਦੇ ਨਾਲ ਹੀ ਲੋਕਾਂ ਦੇ ਜਿਹੜੇ ਈਜ਼ੇ ਸੌਖੇ ਹੀ ਬਣ ਗਏ ਸਨ। ਪਰੰਤੂ ਹੁਣ ਜਿਹੜਾ ਇਸ ਵਾਰ ਈਜ਼ੇ ਬਣ ਰਿਹਾ ਹੈ ਥੋੜਾ ਡਿਫਿਕਲਟ ਹੈ। ਬਾਕੀ ਜੀ ਤੁਹਾਨੂੰ ਇੱਕ ਚੀਜ਼ ਹੋਰ ਦੱਸੀ ਜਿਹੜੇ ਲੋਕ ਈਜ਼ੇ ਬਣਾ ਰਹੇ ਨੇ ਉਹਨਾਂ ਦੇ ਵਾਸਤੇ ਇੱਕ ਜਿਹੜੀ ਸਪੈਸ਼ਲ ਖਬਰ ਹੈ, ਖਾਸ ਖਬਰ ਹੈ। ਸਵਾਲ ਇਹ ਹੈ ਕਿ ਜਦੋਂ ਕਿ ਕਿਸੇ ਦੀ ਵਾਈਫ ਜਾਂ ਕੋਈ ਹੋਰ ਘਰ ਦੇ ਵਿੱਚੋਂ ਬੰਦਾ ਸਤਾਤੋ ਦੀ ਫੈਮਿਲੀਆ ਵਿੱਚ ਸਪੋਜ਼ ਕਰੋ ਕਿ ਤੁਸੀਂ ਕੰਮ ਕਰਦੇ ਹੋ। ਕਿਸੇ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਹੋ। ਤੁਹਾਡਾ ਕੋਈ ਹੋਰ ਫੈਮਿਲੀ ਮੈਂਬਰ ਕਿਤੇ ਵੀ ਕੰਮ ਕਰਦਾ ਹੈ ਉਸਨੇ ਇੱਕ ਜਾਂ ਦੋ ਦਿਨ ਹੀ ਅਗਰ ਕਿਤੇ ਵੀ ਕੰਮ ਕੀਤਾ ਸਪੋਜ਼ ਕਰੋ ਕਿ ਸਪੋਜ਼ ਕਰੋ ਕਿ ਇੱਕ ਦਿਨ ਕੰਮ ਕੀਤਾ ਤੁਹਾਡੀ ਵਾਈਫ ਨੇ ਜਾਂ ਕਿਸੇ ਹੋਰ ਵੀ ਘਰ ਦੇ ਵਿੱਚੋਂ ਕਿਸੇ ਬੰਦੇ ਨੇ ਜਿਸ ਦਾ ਜਿਹੜਾ ਨਾਮ ਤੁਹਾਡੇ ਸਤਾਤੋ ਦੀ ਫੈਮਿਲੀਆ ਦੇ ਵਿੱਚ ਹੋਵੇ ਤਾਂ ਉਸ ਟਾਈਮ ਜਿਹੜਾ ਉਸ ਦਾ ਤੁਸੀਂ ਇੱਕ ਦਿਨ ਦਾ ਅਗਰ ਕੰਮ ਕੀਤਾ ਹੈ ਤੁਸੀਂ ਅਗਰ ਉਸ ਇੱਕ ਦਿਨ ਦੇ ਕਰ ਕੀਤੇ ਹੋਏ ਕੰਮ ਦਾ ਜਿਹੜਾ ਕੋਡ ਹੈ ਜੋ ਪੇਸ਼ ਨਹੀਂ ਕਰਦੇ ਇਸੇ ਤੁਹਾਨੂੰ ਇਹ ਦੱਸ ਜੀ ਕਿ ਜਿਹੜਾ ਹੁਣ ਸਾਨਾ ਚੱਲ ਰਿਹਾ ਹੈ 2023 ਤੇ ਹੁਣ ਜਿਹੜਾ ਇਸ ਟਾਈਮ ਜਿਹੜੇ ਕੋਡ ਵਗੈਰਾ ਚਾਹੀਦੇ ਹਨ ਜਿਹੜੇ 2021 ਦੇ ਬੈਂਕਾਂ ਦੀਆਂ ਸਟੇਟਮੈਂਟਾਂ ਵੀ 2021 ਦੀਆਂ। ਅਗਰ ਸਪੋਜ਼ ਕਰੋ ਕਿ ਤੁਸੀਂ ਜਿਹੜਾ ਇੱਕ ਦਿਨ ਦਾ ਕੋਦ ਵੀ ਪੇਸ਼ ਨਹੀਂ ਕੀਤਾ ਤੇ ਤੁਹਾਡਾ ਇਜ਼ੀ ਅੱਗੇ ਨਹੀਂ ਚੱਲੇਗਾ। ਇਜ਼ੀ ਤੁਹਾਨੂੰ ਦੇ ਦਿੱਤਾ ਜਾਵੇਗਾ। ਪਰੰਤੂ ਉਹਦੇ ਵਿੱਚ ਲਿਖ ਦਿੱਤਾ ਜਾਵੇਗਾ ਕਿ ਇਹ ਬਹੁਤ ਸਾਰੇ ਕੰਮਾਂ ਦੇ ਵਾਸਤੇ ਵੈਲਿਡ ਨਹੀਂ ਹੋਵੇਗਾ। ਸੋ ਅਗਰ ਤੁਹਾਡੇ ਕਰਦੇ ਵਿੱਚੋਂ ਕਿਸੇ ਨੇ ਇੱਕ ਦਿਨ ਵੀ ਕੰਮ ਕੀਤਾ ਹੋਵੇ 2021 ਦੇ ਵਿੱਚ ਤੁਸੀਂ ਜਿਹੜਾ ਉਸ ਦਾ ਆਪਣਾ ਕੋਦ ਹੈ ਜੀ ਇਸ ਨੂੰ ਇਜ਼ੀ ਵਾਸਤੇ ਜ਼ਰੂਰ ਦੇਣਾ ਹੈ। ਗੱਲ ਕਰ ਲਈਏ ਨੈਕਸਟ ਕੋਰ ਦੀ। ਨੈਕਸਟ ਕੋ ਜਿਹੜੀ ਆਪਣੀ ਬੁਲਜ਼ਾਨੋ ਇਟਲੀ ਦੇ ਨਾਲ ਸਬੰਧਤ ਹੈ। ਇਦੇ ਵਿੱਚ ਇੱਕ ਜਿਹੜੀ 12 ਸਾਲ ਦੀ ਸਟੂਡੈਂਟ 12 ਸਾਲ ਦਾ ਸਟੂਡੈਂਟ ਇਹਦੇ ਨਾਲੇ ਸੰਬੰਧਿਤ ਖਬਰ ਹੈ ਬੁਲਜ਼ਾਨੋ ਦੇ ਵਿੱਚ ਇੱਕ ਹੋਟਲ ਪੈਂਦਾ ਜੀ ਬੁਲਜ਼ਾਨੋ ਦੇ ਵਿੱਚ ਇੱਕ ਜਰਮਨ ਬੁਆਏ ਜਿਹੜਾ ਕਿ ਇੱਕ ਸਕੂਲ ਟ੍ਰਿਪ ਦੇ ਉੱਤੇ ਇੱਥੇ ਆਇਆ ਹੋਇਆ ਸੀ ਬੁਲਜ਼ਾਨੋ ਦੇ ਵਿੱਚ ਹੋਟਲ ਦੀ ਬਾਲਕੋਨੀ ਤੋਂ ਕੀ ਇਹ ਬੱਚਾ ਸ਼ਾਇਦ ਇਹ ਜਿਹੜੀ ਸ਼ਰਾਰਤਾਂ ਵਗੈਰਾ ਕਰ ਰਿਹਾ ਸੀ ਤੇ ਇਸ ਜਿਹੜੀ ਉਮਰ ਸੀ 12 ਸਾਲ ਸੀ ਇੱਕ ਸਟੂਡੈਂਟ ਸੀ ਤੇ ਜਿਸ ਜਗ੍ਹਾ ਤੋਂ ਥੱਲੇ ਡਿੱਗਦਾ ਦੱਸਿਆ ਗਿਆ ਹੈ ਕਿ ਉਸ ਜਗ੍ਹਾ ਦੀ ਜਿਹੜੀ ਹਾਈਟ ਸੀ ਤਕਰੀਬਨ 12 ਫੁੱਟ ਉੱਚੀ ਜਗ੍ਹਾ ਤੋਂ ਥੱਲੇ ਡਿੱਗਦਾ ਹੈ ਇਹ ਮੀਟਰਾਂ ਵੀ ਦੇਖੀਏ तकरीबन 4 ਕਿਲੋਮੀਟਰ ਦੇ ਆਸ-ਪਾਸ ਹੀ ਜਗਾ ਬਣਦੀ ਹੈ ਇਹ ਆਈਡੀਆ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਕਿ ਇੱਕ ਜਿਹੜੀ ਬੰਦੇ ਦੀ ਹਾਈਟ ਹੁੰਦੀ ਹੈ तकरीबन ਪੌਣੇ ਇੱਕ 2 ਮੀਟਰ ਦੇ ਆਸ-ਪਾਸ ਹੁੰਦੀ ਹੈ ਬਾਕੀ ਇਸ ਤੋਂ ਬਾਅਦ ਬੱਚੇ ਨੂੰ ਬੁਲਜ਼ਾਨੋ ਦੇ ਹਸਪੀਟਲ ਦੇ ਵਿੱਚ ਲਿਆਇਆ ਗਿਆ ਜਿੱਥੇ ਦੇਖਿਆ ਗਿਆ ਕਿ ਜਿਹੜੀ ਇਸ ਦੀ ਹਾਲਤ ਸੀ ਉਹ ਬਹੁਤ ਜ਼ਿਆਦਾ ਸੀਰੀਅਸ ਹੋ ਚੁੱਕੀ ਸੀ ਇਹ ਜਿਹੜਾ ਇਲਾਕਾ ਪੈਂਦਾ ਜੀ ਸਾਨ ਜਵਾਨੀ ਵਾਲੇ ਔਰੀਨਾ ਬੁਲਜ਼ਾਨੋ ਦੇ ਵਿੱਚ ਜਿੱਥੇ ਇਹ ਇੱਕ ਘਟਨਾ ਹੋਈ ਹੈ ਬਾਕੀ ਜੋ ਘਟਨਾ ਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਉਹਦੇ ਵਿੱਚ ਦੱਸਿਆ ਗਿਆ ਕਿ ਇਹ ਬੱਚਾ ਜਿਹੜੀ ਹਾਈਡ ਐਂਡ ਸੀਕ ਜਿਸ ਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਆਪਾਂ ਪੰਜਾਬੀ ਦੇ ਵਿੱਚ ਲੋਕਣ ਮੀਚੀ ਦੀ ਖੇਡ ਵੀਸ ਨੂੰ ਕਹਿੰਦੇ ਆ ਇਹ ਖੇਡ ਜਿਹੜੀ ਇਹ ਬੱਚੇ ਖੇਡ ਰਹੇ ਸਨ ਜਿਸ ਟਾਈਮ ਇਹ ਘਟਨਾ ਹੁੰਦੀ ਹੈ ਚਲਦੇ ਹਾਂ ਜੀ ਆਪਣੀ ਨੈਕਸਟ ਖ਼ਬਰ ਤੇ ਨੈਕਸਟ ਖ਼ਬਰ ਜਿਹੜੀ ਆਪਣੀ ਇਸ ਤਰ੍ਹਾਂ ਇੱਕ ਅਮਰੀਕਾ ਦੇ ਵਿੱਚ 10 ਲੱਖ ਨਵੀਆਂ ਨੌਕਰੀਆਂ ਨਿਕਲਣ ਲੱਗੀਆਂ ਇਹਨਾਂ ਕੁ ਰਿੰਗ ਲਈ 10 ਲੱਖ ਨੌਕਰੀਆਂ ਹੋਣਗੀਆਂ। ਇਸ ਦੀ ਵਜ੍ਹਾ ਨਾਲ ਅਮਰੀਕਾ ਦੇ ਵਿੱਚ ਇੰਨੇ ਲੋਕਾਂ ਨੂੰ ਕੰਮ ਮਿਲੇਗਾ। ਮਤਲਬ ਕਿ ਇਹਦੇ ਵਿੱਚ ਸਿੱਧਾ-ਸਿੱਧਾ ਜਿਹੜਾ ਇੰਡੀਆ ਦਾ ਹੱਥ ਹੋਵੇਗਾ। ਇਸ ਤਰ੍ਹਾਂ ਹੋ ਰਿਹਾ ਹੈ ਕਿ ਜਿਹੜਾ ਭਾਰਤ ਦਾ ਇੱਕ ਤੁਸੀਂ ਨਾਮ ਸੁਣਿਆ ਹੋਵੇਗਾ 에어 ਇੰਡੀਆ ਜਿਹੜੀ ਕਿ 에어ਲਾਈਨ ਹੈ ਜਿਸ ਨੂੰ ਕਿ ਹੁਣ ਜਿਹੜਾ ਟਾਟਾ ਗਰੁੱਪ ਆਪਰੇਟ ਕਰਦਾ ਹੈ। ਸਭ ਤੋਂ ਪਹਿਲਾਂ ਜਦੋਂ ਇਸ ਦੀ ਸਟਾਰਟਿੰਗ ਹੋਈ ਸੀ 에어 ਇੰਡੀਆ ਦੀ ਉਸ ਟਾਈਮ ਵੀ ਜਿਹੜੀ ਟਾਟਾ 에어ਲਾਈਨ ਹੀ ਹੁੰਦੀ ਸੀ ਤੇ ਬਾਅਦ ਵਿੱਚ ਜਿਹੜਾ ਇਸ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਸੀ। ਹੁਣ ਦੁਬਾਰਾ ਜਿਹੜੀ 에어ਲਾਈਨ ਹੈ ਜੀ ਟਾਟਾ ਦੇ ਹੁਣ ਹੋਇਆ ਕੀ ਹੈ ਕਿ ਟਾਟਾ ਦਾ ਜਿਹੜਾ ਇੱਕ ਸਮਝੌਤਾ ਹੋਇਆ ਹੈ 에ਅਰ ਇੰਡੀਆ ਦਾ ਅਮਰੀਕਾ ਦੇ ਨਾਲ ਜਿਹਦੇ ਵਿੱਚ ਤਕਰੀਬਨ 220 ਜਹਾਜ਼ ਜਿਹੜੇ ਅਮਰੀਕਾ ਤੋਂ ਖਰੀਦੇ ਜਾਣਗੇ ਤੇ 70 ਜਿਹੜੇ ਹੋਰ ਜਹਾਜ਼ ਇਸ ਦੇ ਵੀ ਸ਼ਾਮਲ ਕੀਤੇ ਗਏ ਹਨ ਮਿਲ ਖਰੀਦੇ ਜਾ ਸਕਦੇ ਨੇ ਟੋਟਲ ਜਿਹੜਾ 290 ਜਹਾਜ਼ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਸੌਦਾ ਹੈ ਜੀ ਇਹ ਹੋ ਰਿਹਾ ਹੈ ਇੰਡੀਆ ਔਰ ਅਮਰੀਕਾ ਦੇ ਦਰਮਿਆਨ 290 ਜਹਾਜ਼ਾਂ ਦਾ ਪੈਸੇ ਦੇ ਪੱਖੋਂ ਜਿਹੜਾ ਇਸ ਦਾ ਮੁੱਲ ਹੈ ਜੀ ਇਹਨਾਂ ਜਹਾਜ਼ਾਂ ਦਾ ਉਹਦੇ ਅਨੁਸਾਰ ਦੇਖਿਆ ਗਿਆ ਹੈ ਕੀ ਦੁਨੀਆ ਦਾ ਸਭ ਤੋਂ ਦੂਸਰਾ ਵੱਡਾ ਸਮਝੌਤਾ ਹੈ ਇਹਦੇ ਨਾਲ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੇ ਵੀ ਜਿਹੜਾ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ ਕਿਉਂਕਿ ਸਮਝੌਤਾ ਹੀ ਇੰਨਾ ਜ਼ਿਆਦਾ ਵੱਡਾ ਹੈ ਜਿਹੜੀ ਸਮਝੌਤੇ ਦੀ ਦੱਸਿਆ ਗਿਆ ਕਿ ਜਿਹੜਾ ਸੌਦਾ ਹੋ ਰਿਹਾ ਹੈ ਦੀ ਜਿਹੜੀ ਕੁੱਲ ਕੀਮਤ ਹੈ 46 ਬਿਲੀਅਨ ਡਾਲਰ ਤੱਕ ਜਾ ਸਕਦੀ ਹੈ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਤਰ੍ਹਾਂ ਦਾ ਜਿਹੜਾ ਇਤਿਹਾਸਿਕ ਸਮਝੌਤਾ ਹੈ ਇਹਨਾਂ ਦੇ ਵਿੱਚੋਂ ਹੁਣ ਜਿਹੜੇ 190 ਜਹਾਜ਼ ਜਿਹੜੇ 2737 ਮੈਕਸ ਹੋਣਗੇ 20 ਜਿਹੜੇ ਜਹਾਜ਼ਾਂ 687 ਹੋਣਗੇ B20 ਜਹਾਜ਼ ਤੇ 10 ਜਹਾਜ਼ ਜਿਹੜੇ B777 ਹੋਣਗੇ ਹੁਣ ਜਿਹੜੇ ਲੋਕ ਇਟਲੀ ਤੋਂ ਇੰਡੀਆ ਦੇ ਵਿੱਚ ਜਾਂਦੇ ਹਨ ਜਾਂ ਯੂਰਪ ਦੇ ਹੋਰ ਦੇਸ਼ਾਂ ਤੋਂ ਇੰਡੀਆ ਦੇ ਵਿੱਚ ਗਏ ਹਨ ਬਾਈ 에ਅਰ ਇੰਡੀਆ ਉਹਨਾਂ ਨੂੰ ਤਕਰੀਬਨ ਜਿਹੜਾ ਜਹਾਜ਼ ਹੈ ਜੀ B787 ਹੀ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਇੱਕ ਬਹੁਤ ਹੀ ਐਡਵਾਂਸ ਜਹਾਜ਼ ਹੈ ਤੇ ਬੋਇੰਗ ਵੱਲੋਂ ਬਣਾਇਆ ਜਾਂਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੀ ਇਹ ਖਰੀਦ ਇੰਡੀਆ ਜਿਹੜਾ ਜਹਾਜ਼ਾਂ ਦੀ ਕਰ ਰਿਹਾ ਹੈ ਇਹਦੇ ਨਾਲ ਅਮਰੀਕਾ ਦੇ ਵਿੱਚ ਜਿਹੜੇ 44 ਰਾਜ ਉੱਥੋਂ ਦੀਆਂ ਸਟੇਟਾਂ ਹਨ 44 ਉਨੋਂ ਵਿੱਚ ਦੱਸਿਆ ਗਿਆ ਕਿ 10 ਲੱਖ ਨੌਕਰੀਆਂ ਜਿਹੜੀਆਂ ਪੈਦਾ ਹੋਣਗੀਆਂ ਬਾਕੀ ਇਹਦੇ ਨਾਲ ਹੀ ਜਿਹੜਾ ਅੱਜ ਦਾ ਖਬਰਾਂ ਸੈਸ਼ਨ ਹੈ ਜਿੱਥੇ ਖਤਮ ਕਰਦੇ ਹਾਂ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ